शास्त्र भी साडे नहीं लिखा हुआ कि पीपल के जड़ा से जाके तेल पाओ जलाओ, लेकिन इस तरह की नहीं कि जिवें नमक की थैली पा दी। जेड़े लोग उरे पा के जाते मेरा यह मानना है कि वह लोग इसी अन्न तरस रहे हैं। मंगते हो परमात्मा कहते अजो कबाड़ से इतने गोबर भी पे है कुत्ता भी मूर्त जाता है ने सत श्रीकाल जी। आपां जिहड़ा हैगा इस टाइम गुरद्वारा बौली साहब लागे खड़े हाँ, इत्थे जिहड़ा देख सकते कि पिप्पल का पेड़ हैगा और इसके नीचे जिहड़ी हैगियां फोटोआं जिहड़ियां हैगियां गुरुआं दियां जां मता अपने जिहड़े हैगे आ हिंदू धर्म नाल संबंधित जिहड़े गुरु हैगे आ उहनां दियां फोटोआं जिहड़ियां है इस कूड़े करकट दे विच गेरियां जांदियां हैगियां, जिस बंदी आपां देख सकते कि काफ़ी इत्थे ਅਤੇ ਜਿਹੜੇ ਲੋਕ ਹੈਗੇ ਜਾਂ ਇੱਥੇ ਸਮਾਜ ਸੇਵੀ ਲੋਕ ਜਿਹੜੇ ਹੈਗੇ ਉਹਨਾਂ ਵਿੱਚ ਕਾਫ਼ੀ ਚਿੰਤਾ ਦਾ ਵਿਸ਼ਾ ਪਾਇਆ ਜਾ ਰਿਹਾ। ਜਿੱਦਾਂ ਇਹ ਕਿਸਾਨੀ ਸੰਘਰਸ਼ ਦੌਰਾਨ ਇਹ ਮਨਦੀਪ ਸਿੰਘ ਔਰ ਇਹ ਆਪਣੇ ਦਵਾੜੀ ਸਾਹਿਬ ਹੈਗੇ ਸੀ ਇਹਨਾਂ ਦੇ ਜੋ ਹਿੰਦੂ ਸਮਾਜ ਧਰਮ ਨਾਲ ਸੰਬੰਧਿਤ ਹੈਗੇ ਇਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਖ ਸਕਦੇ ਕਿਸ ਤਰੀਕੇ ਨਾਲ ਲੋਕ ਜਿਹੜੇ ਹੈਗੇ ਨਾ ਫੋਟੋਆਂ ਦੀਆਂ ਇਹਨਾਂ ਗੁਰੂਆਂ ਦੀ ਜਿਹੜੀ ਹੈਗੀ ਆ ਬੇਅਦ ਵੀ ਕਰਦੇ ਆ। ਆਪਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਮੇਰਾ ਨਾਮ ਜੀ ਮਨਦੀਪ ਸਿੰਘ ਹੈ ਜੀ। ਅੱਛਾ ਕੀ ਇੱਥੇ ਕੌਣ ਫੋਟੋਆਂ ਕੌਣ ਗੇਰ ਕੇ ਜਾਂਦਾ ਇੱਥੇ? ਮੈਂ ਤਾਂ ਪਤਾ ਨਹੀਂ ਜੀ, ਜਿਸ ਦਿਨ ਪਤਾ ਚੱਲ ਗਿਆ ਜੀ ਉਸ ਦਿਨ ਆਪਾਂ ਉਹਦੇ ਬਾਰੇ ਪੁਲਿਸ ਕੰਪਲੇਂਟ ਜ਼ਰੂਰ ਕਰਾਂਗੇ, ਉਹਨੂੰ ਪਕੜ ਕੇ ਲੈ ਕੇ ਜਾਵਾਂਗੇ, ਥਾਣੇ ਜ਼ਰੂਰ ਦੇ ਕੇ ਆਵਾਂਗੇ। ਅੱਛਾ ਕਿੰਨੀਆਂ ਗੱਜ ਫੋਟੋਆਂ ਤੁਸੀਂ ਇੱਥੋਂ ਚੁੱਕੀਆਂ? ਘੱਟ ਤੋਂ ਘੱਟ 3 ਫੁੱਟ ਦੀ ਪੇਟੀ ਇੱਕ ਪੂਰੀ ਭਰ ਕੇ ਭੇਜੀ ਹੈ ਜੀ। ਅੱਛਾ ਟੈਂਪੂ ਭਰ ਕੇ ਭੇਜਿਆ ਜੀ ਮਤਲਬ। ਅੱਛਾ ਹਾਂ, ਮੈਨੂੰ ਬੜਾ ਦੁੱਖ ਆਇਆ। ਜਿਸ ਨੂੰ ਤੁਸੀਂ ਕਦੇ ਮੌਕਾ ਲੱਗਦਾ ਮੰਦਿਰ 'ਚ ਲਗਾਉਂਦੇ ਹੋ ਅਤੇ ਕੰਧਾਂ 'ਤੇ ਵੀ ਲਗਾਉਂਦੇ ਹੋ, ਉਹਨੂੰ ਪੂਜਦੇ ਹੋ, ਅੱਜ ਉਸਦੀ ਇਹ ਹਾਲਤ ਕਰ ਦਿੰਦੇ ਹੋ, ਕਦੇ ਉਸਦੇ ਅੱਗੇ ਹੱਥ ਬੰਨ ਕੇ ਮੰਗਦੇ ਹੋ ਪਰਮਾਤਮਾ ਕਹਿੰਦੇ ਉਹਨੂੰ, ਅੱਜ ਉਹ ਕਬਾੜ 'ਚ ਇੱਥੇ ਗੋਬਰ ਵੀ ਪਿਆ ਅਤੇ ਕੁੱਤਾ ਵੀ ਮੂਰਤ ਜਾਂਦਾ, ਲੋਕਾਂ ਨੇ ਕਾਫ਼ੀ ਕਬਾੜ ਵੀ ਸੁੱਟਿਆ ਹੋਇਆ ਇੱਥੇ। ਮੈਂ ਕਹਿੰਦਾ ਮੈਨੂੰ ਬੜਾ ਦੁੱਖ ਲੱਗਦਾ। ਦੇਖੋ ਇਹ ਵੀ ਕਿਸੇ ਭਗਵਾਨ ਦੀ ਫੋਟੋ ਹੈ, ਖੈਰ ਸਾਫ਼ ਨਹੀਂ ਦਿਖ ਰਹੀ ਹੈਗੀ, ਇਹ ਦੇਖੋ ਇਹ ਕਿਸੇ ਭਗਵਾਨ ਦੀ ਫੋਟੋ ਹੈ, ਇਹ ਲਓ ਬਾਲਾ ਜੀ ਦੀ ਫੋਟੋ ਲੱਗਦੀ ਪਈ ਹੈ, ਇਹ ਲਓ ਇਹ ਲਓ ਜੀ। ਮੈਂ ਕਾਫ਼ੀ ਇੰਨੀ ਜ਼ਿਆਦਾ ਦੁਰਗਤੀ ਨਹੀਂ ਹੋਣੀ ਚਾਹੀਦੀ ਭਾਅ ਜੀ। ਮੈਂ ਸਾਰੇ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਮੈਂ ਬੜੇ ਦਿਨਾਂ ਤੋਂ ਨੋਟ ਕਰ ਰਿਹਾ ਸੀਗਾ ਇੱਥੇ ਆਉਂਦੇ ਹਾਂ ਸਵੇਰੇ ਆਉਂਦੇ ਹਾਂ, ਮੈਂ ਕਹਿੰਦਾ ਮੈਂ ਕਿਸੇ ਦੇ ਧਰਮਾਂ ਨੂੰ ਧਾਰਮਿਕ ਭਾਵਨਾ ਨੂੰ ਨਹੀਂ ਠੇਸ ਪਹੁੰਚਾਉਣਾ ਚਾਹੁੰਦਾ, ਬਟ ਇਹ ਨਹੀਂ ਹੋਣਾ ਚਾਹੀਦਾ ਕਿ ਆਪਣੇ ਧਰਮ ਨੂੰ ਕਹਿੰਦੇ ਹੋ ਵੀ ਹਾਂ ਖਤਰਾ ਵੀ ਹੈ ਔਰ ਨਾਲ ਕਹਿੰਦੇ ਹੋ ਵੀ ਇਹ ਫੋਟੋਆਂ ਵੀ ਕਬਾੜ 'ਚ ਸੁੱਟੀ ਜਾਂਦੇ ਹੈ। ਇਹ ਚੀਜ਼ ਥੋੜ੍ਹਾ ਜਿਹਾ ਮੈਂ ਕਹਿੰਦਾ ਅਵੇਅਰਨੈਸ ਹੋਣੀ ਚਾਹੀਦੀ ਹੈ ਸਮਾਜ ਨੂੰ ਵੀ ਹਾਂ ਅਸੀਂ ਆਪਣੇ ਧਰਮ ਦੇ ਬਾਰੇ ਇੰਨਾ ਕੁ ਤਾਂ ਅਵੇਅਰਨੈਸ ਕਰੀਏ ਵੀ ਜਦੋਂ ਕੋਈ ਫੋਟੋ ਖਰਾਬ ਹੋ ਗਈ ਉਦੋਂ ਉਹਨੂੰ ਲੈ ਜਾਓ, ਜਿੱਦਾਂ ਤੁਹਾਡੇ ਸ਼ਾਸਤਰਾਂ 'ਚ ਲਿਖਿਆ ਹੋਇਆ ਕਿ ਇਸ ਨੂੰ ਚੌਲ ਪਾ ਕੇ ਮਿੱਠਾ ਪਾ ਕੇ ਉਸ ਤੋਂ ਬਾਅਦ ਜਲ ਪ੍ਰਵਾਹ ਕਰੋ। ਇੱਦਾਂ ਵੀ ਨਹੀਂ ਜਲ ਪ੍ਰਵਾਹ ਕਰਦੇ ਹੈਗੇ, ਚੌਲ ਪਾ ਕੇ ਮਿੱਠਾ ਪਾ ਕੇ ਜਲ ਪ੍ਰਵਾਹ ਕਰਦੇ ਹੁੰਦੇ, ਉਹ ਅਸਲੀ ਤਰੀਕਾ ਹੈ ਫੋਟੋ ਨੂੰ ਅਸਲੀ ਤਰੀਕੇ ਨਾਲ ਜਲ ਪ੍ਰਵਾਹ ਕਰਨਾ, ਉਹ ਨਾ ਕਿ ਵਿਗਿਆਨਿਕ ਤੌਰ ਤੇ ਚੱਲੀਏ ਫਿਰ ਤਾਂ ਇਹ ਕੁਛ ਸਾਲ ਦਾ ਮਹਿਮਾਨ ਹੈ। ਬਾਕੀ ਜੇ ਆਪਾਂ ਦੇਖੋ ਕਿਸੇ ਚੀਜ਼ ਨੂੰ ਪੂਜਣਾ ਚਾਹੀਏ ਉਹਨੂੰ ਪਿਆਰ ਨਾਲ ਵੀ ਪੂਜ ਸਕਦੇ ਹਾਂ। ਇਸਦੀ ਡੇਲੀ ਆਉਂਦੇ ਹਾਂ, ਥੋੜਾ ਥੋੜਾ ਤੇਲ ਪਾਈ ਜਾਂਦੇ ਹਾਂ ਜੜਾਂ 'ਚ, ਕਹਿੰਦੇ ਨੀ ਜੜਾਂ 'ਚ ਤੇਲ ਪਾਉਣਾ, ਇਹ ਕਹਾਵਤ ਹੈਗੀ ਹੈ, ਬਟ ਇਹ ਕੁਛ ਟਾਈਮ ਤੱਕ ਸੁੱਕਣ ਲੱਗ ਜੂਗਾ ਜੀ। ਆਪਣਾ ਮੇਰਾ ਅਸ਼ੋਕ ਤਿਵਾਰੀ, ਰਾਸ਼ਟਰੀ ਪ੍ਰਵਕਤਾ ਸ਼੍ਰੀ ਹਿੰਦੂ ਤੱਕ। ਅਸੀਂ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਅਸੀਂ ਕੰਮ ਕਰ ਰਹੇ ਹਾਂ, ਲੇਕਿਨ ਅੱਜ ਜਦੋਂ ਅਸੀਂ ਇੱਥੇ ਆਏ ਕਈ ਦਿਨਾਂ ਨਾਲ ਗੱਲ ਹੋ ਰਹੀ ਸੀ ਭਾਈ ਜੀ ਨਾਲ, ਮੈਂ ਜੇ ਦੇਖਿਆ ਮੈਨੂੰ ਵੀ ਬੜਾ ਦੁੱਖ ਹੋਇਆ। ਲੇਕਿਨ ਜਦੋਂ ਕਹਿੰਦੇ ਨਾ ਜੜਾਂ ਦੇ ਤੇਲ, ਕਦੇ ਕਿਸੇ ਸ਼ਾਸਤਰ 'ਤੇ ਵੀ ਸਾਡੇ ਨਹੀਂ ਲਿਖਿਆ ਹੋਇਆ ਕਿ ਪਿੱਪਲ ਦੇ ਜੜਾਂ 'ਤੇ ਜਾ ਕੇ ਤੇਲ ਪਾਓ, ਦੀਵਾ ਜਲਾਉਣਾ ਠੀਕ ਹੈ ਸ਼ਾਸਤਰ ਦੇ ਵਿੱਚ ਲਿਖਿਆ ਦੀਵਾ ਜਲਾਓ, ਲੇਕਿਨ ਇਸ ਤਰ੍ਹਾਂ ਦੇ ਨਹੀਂ ਕਿ ਜਿਵੇਂ ਨਮਕ ਦੀ ਥੈਲੀ ਪਾ ਦਿੱਤੀ ਗਈ ਅਤੇ ਇੱਥੇ ਜਿਹੜਾ ਅੰਨਦਾਤਾ ਜਿਹਨੂੰ ਅਸੀਂ ਅੰਨਦਾਤਾ ਇੱਕ ਇੱਕ ਅੰਨ ਵਾਸਤੇ ਅਸੀਂ ਤਰਸ ਰਹੇ ਹਾਂ, ਅਤੇ ਜਿਹੜੇ ਲੋਕ ਉਰੇ ਪਾ ਕੇ ਜਾਂਦੇ ਮੇਰਾ ਇਹ ਮੰਨਣਾ ਹੈ ਕਿ ਉਹ ਲੋਕ ਇਸੀ ਅੰਨ ਨੂੰ ਤਰਸ ਰਹੇ ਹੈ। ਜਿਸ ਤਰ੍ਹਾਂ ਸੇ ਬਾਲਾ ਜੀ ਦੇਖੀਏ, ਭਗਵਾਨ ਬਾਲਾ ਜੀ ਦੀ ਮੂਰਤੀ, ਬਾਲਾ ਜੀ ਨੂੰ ਪੂਜ ਰਹੇ ਹੋਣੇ ਘਰ, ਲੇਕਿਨ ਉਰੇ ਆ ਕੇ ਬਾਲਾ ਜੀ ਨੂੰ ਉਰੇ ਸਿੱਟਦੇ ਆ, ਬਾਲਾ ਜੀ ਕੀ ਕਰਨਗੇ ਉਹਨਾਂ ਵਾਸਤੇ? ਸਾਡੀ ਇਹ ਬੇਨਤੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆ ਕੇ ਇਸ ਤਰ੍ਹਾਂ ਦੇ ਜਦ ਕਿਤਾਬਾਂ ਅਤੇ ਕੋਈ ਪੁਸਤਕ ਜਿਹੜੇ ਧਾਰਮਿਕ ਜਿਹੜੇ ਗ੍ਰੰਥ ਹੈ ਜਿਹੜੀਆਂ ਫੋਟੋ ਹੈ ਉਹ ਜਦੋਂ ਖਰਾਬ ਹੋ ਜਾਂਦੀਆਂ ਕਿਸ ਤਰ੍ਹਾਂ ਦੇ ਕੋਈ ਉਹਨਾਂ ਦਾ ਥੋੜ੍ਹਾ ਬਹੁਤ ਅੰਸ ਫਟ ਜਾਂਦਾ, ਉਹਨੂੰ ਅਸੀਂ ਪ੍ਰਵਾਹ ਕਰੀਏ ਜਿਸ ਤਰ੍ਹਾਂ ਭਾਅ ਜੀ ਕਹਿ ਰਹੇ ਸੀ ਕਿ ਮਿੱਠਾ ਪਾਈਏ, ਇਹਦੀ ਪੂਜਾ ਕਰੀਏ, ਪੂਜਾ ਕਰਨ ਦੇ ਬਾਅਦ ਜਾ ਕੇ ਜਿੱਥੇ ਜਲ ਚਲਦਾ ਹੋਵੇ ਉਸ ਜਲ ਦੇ ਵਿੱਚ ਜਾ ਕੇ ਪ੍ਰਵਾਹ ਕਰੀਏ, ਨਾ ਕਿ ਉਰੇ ਆ ਕੇ ਪੀਪਲ ਦੇ ਕੂੜੇ ਦੇ ਢੇਰ ਦੇ ਸਾਹਮਣੇ। ਫਿਰ ਅਸੀਂ ਲੋਕ ਇਹ ਕਹਿੰਦੇ ਕਿ ਸਾਡਾ ਧਰਮ ਜਿਹੜਾ ਹੈ
वो लोग इन्हों तिरस्कार कर रहे हैं, जिहड़ा साडा धर्म है उन्हों हानि हो रही है। हानि पहुँचाने वाला कोई और धर्म के लोग नहीं है, साढ़े सनातन नूं हानि जदों जदों पहुँची है साढ़े सनातन के लोगों ने ही हानि पहुँचाई है। प्रशासन भी मांग करता कि और जो लोग उरे खड़े होते हैं, जिम्मे हम चाट दी तुसी देख सको खड़े हैं इतने पीपल दे विच लोग पूजा कर रहे हैं, इन्होंने चाट दे सोक देना है ते कूड़ा सिट देना है, तो इन्हों लोगों नूं अवेयरनेस होना चाहिएगा। जदों जदों धर्म की हानि होती उदों तो सारे पृथ्वी नूं पूरे देश नूं पूरे विश्व नूं नुकसान होंदा है। अज कहीं ना कहीं जिहड़े अज लोग पितर दोस्त मानते हैं काल सरपंथ उन्हां नूं इसी कारण विच सारा कुछ आंदा है, क्योंकि वो लोग पूजा तो करते हैं घर के दिखावे वास्ते, लेकिन जो देवी देवता कोई खंडित मूर्ति उन्हें पीपल के थले सिट जाते जे अगर तुम किसी फड़ते तो की कार्रवाई कर असं उपर 295 का परचा दर्ज करावे तो कानूनी कार्रवाई करवाएंगे। असं जो देखा असं पहले उन्होंने कुटांगे भी उन्होंने पूछांगे कि क्या तेरे बुजुर्ग जेरे घर के कोई बुजुर्ग जरा अगर तेरा बूढ़ा हो गया उन्होंने घर के बाहर सिट दोगे तुम, क्या उन्होंने इस तरह तिरस्कार करोगे जिन्होंने तुम्हें सब कुछ दिता जिन्होंने नाम के इन्नी दूर तक पहुँच चुके हो। अज थोड़ा क्या यह हक है कि उन्होंने लिया के पीपल के फेड़े कूड़े के फेड़ के। मैं तो धन्यवाद करता भाई जी का जिन्होंने इन्नी सारी मूर्तियां फोटो इन्होंने इतने ले जाके जल प्रवाह किया, लेकिन लोग जी अज ये कह रहे हैं कि धर्म खतरे च नहीं है, लोग ही खतरे च हैं, लोग जड़े हैं धर्म को बर्बाद कर रहे हैं बदनाम कर रहे हैं।